ਕੀ ਇਹ ਕੀ ਕਹਿ ਰਿਹਾ? ਹਾਂਜੀ ਪਾਪਾ, ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਆਰਤੀ ਇੱਕ ਦਿਨ ਮੈਨੂੰ ਇਹ ਰੂਪ ਦਿਖਾਏਗੀ। ਓਏ ਕੁਝ ਦੱਸੇਗਾ ਵੀ ਕੀ ਹੋਇਆ? ਮੈਨੂੰ ਖੁਦ ਨੂੰ ਵਿਸ਼ਵਾਸ ਨਹੀਂ ਕਿ ਉਹ ਮੇਰੇ ਤੋਂ ਬਿਨਾ ਕਿਸੇ ਹੋਰ ਨਾਲ। ਬਸ ਕਰ ਓਏ, ਚੁੱਪ ਕਰ। ਹਾਂ ਵੀ ਆਵਾ ਦਾਵਾ ਬੋਲੀ ਜਾਂਦਾ, ਖਬਰਦਾਰ ਆਰਤੀ ਦੇ ਖਿਲਾਫ ਇੱਕ ਲੰਬੇ ਜੀ ਕੱਢਿਆ ਤਾਂ। ਪਰ ਪਾਪਾ, ਜੋ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਉਹ, ਓਏ ਅੱਖੀ ਦੇਖੀ ਗੱਲ ਸੱਚ ਨਹੀਂ ਹੁੰਦੀ। ਮੈਂ ਆਰਤੀ ਨੂੰ ਚੰਗੀ ਤਰ੍ਹਾਂ ਜਾਣਦਾ, ਸਾਡੇ ਕਰਮ ਚੰਗੇ ਆ, ਜਿਹੜਾ ਆਰਤੀ ਵਰਗੀ ਧੀ ਨੇ ਸਾਡੇ ਘਰ 'ਚ ਚਰਨ ਪਾਏ ਆ। ਪਰ ਮੈਂ ਕਿਵੇਂ ਵਿਸ਼ਵਾਸ ਕਰਾਂ? ਓਏ ਸ਼ੱਕ ਨਾ ਕਰ, ਓਏ ਸ਼ੱਕ ਨਾ ਕਰ, ਸ਼ੱਕ ਨੇ ਕਈ ਘਰ ਉਜਾੜ ਦਿੱਤੇ। ਮੈਂ ਦਾਅਵੇ ਨਾ ਕਹਿ ਸਕਦਾ ਆਰਤੀ 'ਚ ਜ਼ਰਾ ਜਿੰਨਾ ਵੀ ਖੋਟ ਨੇ। ਤੇ ਜੋ ਮੈਂ ਅੱਖੀ ਦੇਖਿਆ ਕਿ ਉਹ ਸਾਰਾ ਝੂਠ ਹੈ? ਹਾਂ, ਉਹ ਸਭ ਝੂਠ ਹੈ। ਮੈਂ ਨਹੀਂ ਮੰਨਦਾ। ਵੀਰੇ, ਭਾਬੀ ਜੀ ਨੇ ਤੋੜ ਲਿਆ। ਮੈਂ ਜਾਣਦੀ ਹਾਂ ਵਿੱਚੋਂ ਸੱਚ ਕੀ ਹੈ। ਨਹੀਂ, ਬਸ ਭਾਬੀ, ਬਸ ਸੱਚ ਤਾਂ ਸੱਚ ਹੀ ਹੁੰਦਾ, ਜਿੰਨਾ ਮਰਜ਼ੀ ਛੁਪਾਓ ਸਾਹਮਣੇ ਆ ਹੀ ਜਾਂਦਾ। ਵੀਰ ਜੀ, ਜਿਹੜੇ ਮੁੰਡੇ ਨਾਲ ਤੁਸੀਂ ਭਾਬੀ ਜੀ ਨੂੰ ਦੇਖਿਆ ਸੀ ਉਹਦਾ ਨਾਮ ਰੋਹਨ ਹੈ। ਭਾਬੀ ਜੀ ਨੂੰ ਨਹੀਂ ਜਾਣਦਾ ਸੀ, ਬਲਕਿ ਉਹ ਮੈਨੂੰ ਜਾਣਦਾ ਤੇ ਉਦੋਂ ਤੋਂ ਜਾਣਦਾ ਜਦੋਂ ਮੈਂ ਸਕੂਲ 'ਚ ਪੜ੍ਹਦੀ ਸੀ। ਸਾਡਾ ਆਪਸ 'ਚ ਕੋਈ ਗਲਤ ਰਿਲੇਸ਼ਨ ਨਹੀਂ ਹੈ, ਪਰ ਉਹ ਮੇਰੇ ਨਾਲ। ਤੇ ਜਦੋਂ ਭਾਬੀ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਡਾਂਟਿਆ। ਕੱਲ੍ਹ ਨੂੰ ਕੋਈ ਬਦਨਾਮੀ ਨਾ ਹੋਵੇ, ਇਸ ਲਈ ਉਸ ਦਿਨ ਰੋਹਨ ਨੂੰ ਮਿਲੇ। ਭਾਬੀ ਜੀ ਤਾਂ ਤੁਹਾਨੂੰ ਕਿਸੇ ਨੂੰ ਵੀ ਦੱਸਣਾ ਨਹੀਂ ਸੀ ਚਾਹੁੰਦੇ, ਕਿਉਂਕਿ ਉਹ ਮੇਰੀ ਬਦਨਾਮੀ ਤੋਂ ਡਰਦੇ ਸੀ। ਪਰ ਅੱਜ ਜਦੋਂ ਉਹਨਾਂ ਦਾ ਘਰ ਤਬਾਹ ਹੋ ਰਿਹਾ ਤਾਂ ਮੇਰੇ ਤੋਂ ਚੁੱਪ ਨਹੀਂ ਰਿਹਾ ਜਾਂਦਾ, ਨਹੀਂ ਰਿਹਾ ਜਾਂਦਾ। ਵੀਰ ਜੀ, ਸਾਰੀ ਗਲਤੀ ਮੇਰੀ ਹੈ, ਮੇਰੀ ਗਲਤੀ ਦੀ ਸਜ਼ਾ ਭਾਬੀ ਜੀ ਨੂੰ ਨਾ ਦਿਓ। ਵੀਰ ਜੀ, ਜੇ ਤੁਹਾਨੂੰ ਅਜੇ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਤਾਂ ਹੁਣੇ ਥੋੜ੍ਹੀ ਦੇਰ 'ਚ ਇੱਥੇ ਰੋਣ ਆਉਣ ਵਾਲਾ, ਉਹ ਤੁਹਾਨੂੰ ਸਭ ਕੁਝ ਦੱਸ ਦੇਗਾ। ਲੱਗਦਾ ਰੋਹਨ ਆ ਗਿਆ। ਵੀਰ ਜੀ, ਇਹ ਉਹੀ ਮੁੰਡਾ ਨਾ
ਜਿਹਦੇ ਨਾਲ ਤੁਸੀਂ ਭਾਬੀ ਜੀ ਨੂੰ ਦੇਖਿਆ ਸੀ। ਅੰਕਿਤ, ਜੇ ਕੋਈ ਅਸਲੀ ਮੁਜਰਿਮ ਹੈ ਤਾਂ ਮੈਂ ਹਾਂ। ਗਗਨ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਮੈਂ ਹੀ ਉਸਨੂੰ ਗਲਤ ਤਰੀਕੇ ਨਾਲ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਦਿਨ ਭਾਬੀ ਜੀ ਤਾਂ ਮੈਨੂੰ ਸਮਝਾਉਣ ਆਏ ਸੀ ਕਿ ਅਸਲੀ ਪਿਆਰ ਉਹ ਹੁੰਦਾ ਜਿਸ ਨੂੰ ਕਿਸੇ ਤੋਂ ਛੁਪਾਉਣ ਦੀ ਲੋੜ ਨਹੀਂ। ਵੀਰ ਜੀ, ਜੇ ਕੋਈ ਅਸਲੀ ਦੋਸ਼ੀ ਹੈ ਤਾਂ ਮੈਂ ਹਾਂ। ਤੁਸੀਂ ਮੈਨੂੰ ਜੋ ਸਜ਼ਾ ਦੇਣੀ ਚਾਹੇ ਦੇ ਲਵੋ, ਪਰ ਗਗਨ ਤੇ ਭਾਬੀ ਜੀ ਨੂੰ ਗਲਤ ਨਾ ਸਮਝੋ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਣਾ ਸ਼ੁਰੂ ਕਰਾਂ, ਨਿਕਲ ਇੱਥੋਂ। ਸਾਡੇ ਤੋਂ ਕੋਈ ਐਸਾ ਕੰਮ ਨਾ ਹੋਵੇ ਜਿਹੜਾ ਸਾਡੀ ਨਾਮੋਸ਼ੀ ਦਾ ਕਾਰਨ ਬਣੇ। ਆਰਤੀ, ਮੈਂ ਤੇਰੇ ਤੇ ਸ਼ੱਕ ਕੀਤਾ, ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਮੇਰੇ ਤੋਂ ਗਲਤੀ ਹੋਈ ਹੈ, ਮੈਨੂੰ ਮਾਫ ਕਰ ਦੇ। ਆਰਤੀ, ਆਈ ਐਮ ਵੈਰੀ ਸੋਰੀ। ਆਰਤੀ, ਨਹੀਂ ਜੀ, ਇਹਦੇ 'ਚ ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਥਾਂ 'ਤੇ ਮੈਂ ਹੁੰਦੀ, ਮੇਰੀ ਥਾਂ 'ਤੇ ਤੁਸੀਂ, ਜੇ ਮੈਂ ਵੀ ਤੁਹਾਨੂੰ ਕਿਸੇ ਕੁੜੀ ਨਾਲ ਵੇਖ ਲੈਂਦੀ ਤਾਂ ਸ਼ਾਇਦ ਇਸੇ ਤਰ੍ਹਾਂ ਸ਼ੱਕ ਕਰਦੀ। ਪਤਾ ਕਿਉਂ?
ਕਿਉਂਕਿ ਜਿੱਥੇ ਜ਼ਿਆਦਾ ਪਿਆਰ ਹੁੰਦਾ ਨਾ ਉੱਥੇ ਸ਼ੱਕ ਵੀ ਵਧੇਰੇ ਹੁੰਦਾ। ਮੰਮਾ ਪਾਪਾ ਦਾਦੀ ਮਾਂ ਕਹਿੰਦੇ ਆ ਕਿ ਹੇਠ ਆ ਕੇ ਰੋਟੀ ਖਾ ਲਓ। ਤੂੰ ਚੱਲ ਪੁੱਤ ਅਸੀਂ ਆਉਂਦੇ ਹਾਂ। ਤੁਹਾਡਾ ਕੀ ਖਿਆਲ ਹੈ ਮਿਸਟਰ ਮਨੀਸ਼? ਮੈਮ ਜੇ ਕੰਟਰੈਕਟ ਸਾਡੇ ਹੱਥ ਲੱਗਦਾ ਹੈ ਤਾਂ ਮੇਰੀ ਸੋਚ ਮੁਤਾਬਿਕ 25 ਕਰੋੜ ਦੀ ਇਨਵੈਸਟਮੈਂਟ ਤੋਂ ਬਾਅਦ 10 ਕਰੋੜ ਦਾ ਮੁਨਾਫਾ ਹੋ ਸਕਦਾ ਹੈ, ਜ਼ਿਆਦਾ ਵੀ ਹੋ ਸਕਦਾ ਹੈ, ਲੇਕਿਨ ਘੱਟੋ ਘੱਟ 10 ਕਰੋੜ ਤਾਂ ਪੱਕਾ ਹੀ ਸਮਝੋ। ਕੰਟਰੈਕਟ ਕਦੋਂ ਭਰਨਾ ਹੈ? ਕੱਲ ਸਵੇਰੇ। ਤੁਹਾਨੂੰ ਕੀ ਲੱਗਦਾ ਮਿਸਟਰ ਮਨੀਸ਼, ਅਸੀਂ ਇਹ ਕੰਟਰੈਕਟ ਹਾਸਿਲ ਕਰ ਸਕਾਂਗੇ? ਡੈਫੀਨੇਟਲੀ, ਜੇ ਪੈਸੇ ਦੇ ਆਧਾਰ 'ਤੇ ਸੋਚੀਏ ਤਾਂ ਅਸੀਂ ਕੰਟਰੈਕਟ ਘੱਟ ਨਹੀਂ ਭਰਿਆ, ਜੇ ਕਿਸਮਤ ਦੇ ਆਧਾਰ 'ਤੇ ਸੋਚੀਏ ਤਾਂ ਕਿਸਮਤ 'ਚ ਤੁਸੀਂ ਬਹੁਤ ਧਨੀ ਹੋ, ਜੇ ਤੁਸੀਂ ਬਲਾਈਂਡ ਗੇਮ ਵੀ ਖੇਲੋ ਉਹ ਵੀ ਜ਼ਰੂਰ ਜਿੱਤੋਗੇ। ਮਿਸਟਰ ਮਨੀਸ਼, ਤਾਰੀਫ ਕਰਨਾ ਤੁਹਾਨੂੰ ਆਉਂਦਾ ਹੈ? ਮੈਂ ਝੂਠੀ ਪ੍ਰਸ਼ੰਸਾ ਨਹੀਂ ਕਰ ਰਿਹਾ, ਮੈਂ ਸੋਚਦਾ ਬਲਾਸਰ ਜਾਣ ਤੋਂ ਪਹਿਲਾਂ ਆਪਣਾ ਸਾਰਾ ਹੁਨਰ ਤੁਹਾਨੂੰ ਦੇ ਗਏ ਨੇ, ਨਹੀਂ ਤਾਂ ਇੰਨੀ ਛੋਟੀ ਉਮਰ 'ਚ ਇੰਨੀਆਂ ਵੱਡੀਆਂ ਪ੍ਰਾਪਤੀਆਂ ਬਹੁਤ ਮੁਸ਼ਕਲ ਕੰਮ ਹੈ। ਮੈਨੂੰ ਵੀ ਇਹੀ ਲੱਗਦਾ ਮਿਸਟਰ ਮਨੀਸ਼, ਕਦੇ ਕਦੇ ਮੇਰਾ ਬਿਨਾਂ ਸੋਚੇ ਸਮਝੇ ਕੀਤਾ ਹੋਇਆ ਡਿਸੀਜਨ ਵੀ ਬਿਲਕੁਲ ਠੀਕ ਪ੍ਰੂਫ ਹੁੰਦਾ, ਉਦੋਂ ਮੈਨੂੰ ਲੱਗਦਾ ਮੈਂ ਇਕੱਲੀ ਨਹੀਂ। ਮੇਰੇ ਪਾਪਾ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਹੈ। ਖੈਰ ਮਿਸਟਰ ਮਨੀਸ਼, ਤੁਸੀਂ ਟੈਂਡਰ ਭਰਨ ਦੀ ਤਿਆਰੀ ਕਰੋ, ਜੇ ਰੱਬ ਨੇ ਚਾਹਿਆ ਤੇ ਅਸੀਂ ਜ਼ਰੂਰ ਜਿੱਤਾਂਗੇ। ਜ਼ਰੂਰ ਜਿੱਤਾਂਗੇ, ਡੈਫੀਨੇਟਲੀ ਜਿੱਤਾਂਗੇ। ਓਕੇ, ਥੈਂਕ ਯੂ। ਓਕੇ ਮੈਮ, ਮੈਂ ਚੱਲਦਾ ਹਾਂ। ਹੈਲੋ ਮਨੀਸ਼, ਪਛਾਣਦੇ ਹੋ?
ਜਾਂ ਆਪਣੇ ਬਾਰੇ ਦੱਸਾਂ? ਹਾਂਜੀ ਸ਼ਰਮਾ ਜੀ, ਬੋਲੋ। ਇਹ ਹੋਈ ਨਾ ਗੱਲ, ਬਹੁਤ ਖੁਸ਼ੀ ਹੋਈ ਕਿ ਤੁਸੀਂ ਮੇਰੀ ਆਵਾਜ਼ ਪਛਾਣਦੇ ਹੋ। ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੈਨੂੰ ਫੋਨ ਕੀਤਾ। ਮਨੀਸ਼, ਇਹ ਤਾਂ ਅਲੱਗ ਅਲੱਗ ਧਿਰਾਂ ਨਾਲ ਬੱਝੇ ਹੋਏ ਆ। ਨਹੀਂ ਤਾਂ ਦਿਲ ਕਰਦਾ ਕਿ ਅਸੀਂ ਵੀ ਇਕੱਠੇ ਹੋਈਏ ਤੇ ਕੋਈ ਦਿਲ ਦੀ ਗੱਲ ਕਰੀਏ। ਸ਼ਰਮਾ ਜੀ, ਸਾਡਾ ਪ੍ਰੋਫੈਸ਼ਨ ਸਾਡੀ ਮਜਬੂਰੀ ਨਹੀਂ, ਕਦੇ ਵੀ ਫ੍ਰੀ ਟਾਈਮ ਆ ਜਾਓ। ਥੈਂਕ ਯੂ ਸਰ, ਪਰ ਅੱਜ ਮਿਸਟਰ ਰਾਜ ਗੁਪਤਾ ਨੇ ਤੁਹਾਨੂੰ ਯਾਦ ਕੀਤਾ ਹੈ। ਮਿਸਟਰ ਰਾਜ ਗੁਪਤਾ ਨੇ ਯਾਦ ਕੀਤਾ? ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ? ਕਿਉਂ, ਕੋਈ ਕੰਮ ਸੀ? ਹਾਂ, ਇਹ ਤਾਂ ਮੈਨੂੰ ਨਹੀਂ ਪਤਾ, ਪਰ ਕੱਲ੍ਹ ਤਾਰੀਫ ਕਰ ਰਹੇ ਸੀ ਤੁਹਾਡੀ ਤੇ ਕਹਿਣ ਲੱਗੇ ਕਿ ਤੁਹਾਨੂੰ ਮਿਲਣਾ ਚਾਹੁੰਦੇ ਨੇ। ਜੇ ਰਾਜ ਗੁਪਤਾ ਜੀ ਸਾਨੂੰ ਮਿਲਣਾ ਚਾਹੁੰਦੇ ਆ ਤਾਂ ਜ਼ਰੂਰ ਮਿਲਾਂਗੇ, ਪਰ ਉਹ ਅੱਜ ਹੀ ਤੁਹਾਡੀ ਇੰਤਜ਼ਾਰ ਕਰ ਰਹੇ ਨੇ। ਅੱਜ? ਅੱਜ ਨਹੀਂ ਬਲਕਿ ਹੁਣੇ। ਹੁਣੇ? ਪਰ ਹੁਣ ਤਾਂ ਮੈਂ, ਹਾਂ ਮੈਨੂੰ ਤਾਂ ਉਹਨਾਂ ਨੇ ਕਿਹਾ ਸੀ ਕਿ ਨਾਲ ਹੀ ਲੈ ਕੇ ਆਉਣਾ, ਸ਼ਾਇਦ ਕੋਈ ਜ਼ਰੂਰੀ ਕੰਮ ਹੈ। ਜੇ ਉਹਨਾਂ ਨੂੰ ਮੇਰੇ ਨਾਲ ਬਹੁਤ ਜ਼ਰੂਰੀ ਕੰਮ ਹੈ ਤਾਂ ਅਸੀਂ ਆਪਦਾ ਕੰਮ ਬਾਅਦ 'ਚ ਕਰ ਲਾਂਗੇ। ਦੱਸੋ ਕਿੱਥੇ ਆਵਾਂ? ਮਿਸਟਰ ਰਾਜ ਗੁਪਤਾ ਦੇ ਘਰ। ਮਨੀਸ਼ ਜੀ, ਤੁਸੀਂ ਬੈਠੋ, ਮੈਂ ਮਿਸਟਰ ਰਾਜ ਗੁਪਤਾ ਨੂੰ ਬੁਲਾ ਕੇ ਲਿਆਉਣਾ। ਓਕੇ। ਵੈਲਕਮ ਮਿਸਟਰ ਮਨੀਸ਼। ਥੈਂਕ ਯੂ ਸਰ, ਪਲੀਜ਼ ਬੈਠੋ। ਮੈਂ ਤਾਂ ਸੋਚਿਆ ਸ਼ਾਇਦ ਤੁਸੀਂ ਮੈਨੂੰ ਮਿਲਣਾ ਪਸੰਦ ਨਾ ਕਰੋ। ਉਹ ਕਿਉਂ ਸਰ? ਮੇਰਾ ਤਾਂ ਪਾਲੀ ਜੀ ਦਾ ਪ੍ਰੋਫੈਸ਼ਨ। ਛੱਡੋ ਗੁਪਤਾ ਜੀ, ਪ੍ਰੋਫੈਸ਼ਨ ਤੋਂ ਪਹਿਲਾਂ ਅਸੀਂ ਇਨਸਾਨ ਹਾਂ। ਜੇ ਪਾਲੀ ਜੀ ਨੂੰ ਪਤਾ ਲੱਗ ਗਿਆ ਕਿ ਤੁਸੀਂ ਇੱਥੇ ਹੋ ਤਾਂ ਇਹਦੇ 'ਚ ਡਰਨ ਵਾਲੀ ਕਿਹੜੀ ਗੱਲ ਹੈ? ਨਹੀਂ, ਡਰਨ ਵਾਲੀ ਤਾਂ ਕੋਈ ਗੱਲ ਨਹੀਂ, ਬਟ ਮੇਰਾ ਤਾਂ ਪਾਲੀ ਜੀ ਦਾ ਸੇਮ ਪ੍ਰੋਫੈਸ਼ਨ ਹੋਣ ਕਰਕੇ ਸ਼ਾਇਦ। ਲੱਗਦਾ ਤੁਸੀਂ ਪਾਲੀ ਮੈਮ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ। ਪਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨਾ ਜ਼ਰੂਰ ਚਾਹੁੰਦਾ ਮਨੀਸ਼। ਇੱਕ ਦੋ ਮੁਲਾਕਾਤਾਂ ਤੋਂ ਬਾਅਦ ਚੰਗੀ ਤਰ੍ਹਾਂ ਪਹਿਚਾਣ ਜਾਊਗਾ। ਬਿਜ਼ਨਸ ਵਿੱਚ ਤਾਂ ਇੰਝ ਮੁਲਾਕਾਤ ਹੁੰਦੀ ਹੈ ਮਨੀਸ਼, ਜਿਵੇਂ ਇੱਕ ਦੁਸ਼ਮਣ ਦੂਜੇ ਦੁਸ਼ਮਣ ਨੂੰ ਮਿਲ ਰਿਹਾ ਹੁੰਦਾ। ਇਸ ਲਈ ਤਾਂ ਮੈਂ ਤੈਨੂੰ ਘਰ ਬੁਲਾਇਆ। ਤਾਂ ਫਿਰ ਇੱਕ ਵਾਰੀ ਉਹਨਾਂ ਨੂੰ ਵੀ ਬੁਲਾ ਕੇ ਦੇਖ ਲਓ। ਕੀ ਉਹ ਮੇਰੇ ਬੁਲਾਉਣ 'ਤੇ ਘਰ ਆਉਣਗੇ? ਕਿਉਂ ਨਹੀਂ ਆਉਣਗੇ ਮਿਸਟਰ ਰਾਜ? ਜੇ ਅੱਜ ਤੁਹਾਡੇ ਕਹਿਣ 'ਤੇ ਮੈਂ ਇੱਥੇ ਆਇਆ ਤਾਂ ਮੈਨੂੰ ਪੂਰਾ ਯਕੀਨ ਹੈ ਪਾਲੀ ਮੈਮ ਮੇਰੇ ਇੱਥੇ ਆਉਣ 'ਤੇ ਬੁਰਾ ਨਹੀਂ ਮਨਾਉਣਗੇ। ਜੇ ਉਹ ਮੇਰੇ ਇੱਥੇ ਆਉਣ ਦਾ ਬੁਰਾ ਨਹੀਂ ਮਨਾਉਣਗੇ ਤਾਂ ਉਹਨਾਂ ਨੂੰ ਵੀ ਇੱਥੇ ਆਉਣ 'ਚ ਕੋਈ ਪ੍ਰੋਬਲਮ ਨਹੀਂ। ਜੇ ਮੇਰੀ ਗੱਲ ਦਾ ਯਕੀਨ ਨਹੀਂ ਆਉਂਦਾ ਤਾਂ ਇੱਕ ਵਾਰੀ ਇਨਵਾਈਟ ਕਰਕੇ ਦੇਖ ਲਓ। ਚਲੋ, ਕਦੇ ਉਹਨਾਂ ਨੂੰ ਵੀ ਇਨਵਾਈਟ ਕਰਾਂਗੇ। ਅੱਜ ਤਾਂ ਅਸੀਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ। ਬੋਲੋ ਕੀ ਪੀਓਗੇ? ਬਿਸਕੀ ਜਾਂ ਰਮ? ਸੋਰੀ ਸਰ, ਮੈਂ ਸ਼ਰਾਬ ਨਹੀਂ ਪੀਂਦਾ। ਸ਼ਰਾਬ ਦਾ ਆਦੀ ਤਾਂ ਮੈਂ ਵੀ ਨਹੀਂ ਹਾਂ ਮਨੀਸ਼। ਤੁਸੀਂ ਦੱਸੋ ਸਰ, ਅੱਜ ਯਾਦ ਕਿਵੇਂ ਕੀਤਾ? ਮਨੀਸ਼ ਜੇ ਬੁਰਾ ਨਾ ਮੰਨੋ ਤਾਂ ਇੱਕ ਗੱਲ ਪੁੱਛਾਂ। ਪੁੱਛੋ ਸਰ। ਕਿੰਨੇ ਸਾਲ ਹੋ ਗਏ ਤੁਹਾਨੂੰ ਬਲਰਾਜ ਹੋਰਾਂ ਨਾਲ ਕੰਮ ਕਰਦੇ ਹੋਏ? ਕੋਈ 6-7 ਸਾਲ। ਤੇ ਮੈਨੂੰ ਇਸ ਬਿਜ਼ਨਸ 'ਚ ਆਏ 5 ਸਾਲ ਹੋਏ। ਜੀ, ਮੈਂ ਤੁਹਾਡੇ ਤੋਂ ਬਿਜ਼ਨਸ 'ਚ 1 ਸਾਲ ਬਾਅਦ ਆਇਆ।
ਤੇ ਅੱਜ ਦੇਖ ਲਓ ਮੈਂ ਕਿੰਨਾ ਕਾਮਯਾਬ ਹਾਂ। ਤੁਸੀਂ ਅੱਜ ਵੀ ਉਹੀ 20-25 ਹਜ਼ਾਰ ਕਮਾਉਣ ਵਾਲੇ ਬੰਦੇ ਹੋ ਤੇ ਮੈਂ 25 ਕਰੋੜ। ਇਹ ਫਰਕ ਕਿੱਥੇ ਹੈ? ਤੁਸੀਂ ਮਿਹਨਤ ਘੱਟ ਨਹੀਂ ਕਰਦੇ, ਮਿਹਨਤ ਮੈਂ ਵੀ ਘੱਟ ਨਹੀਂ ਕਰਦਾ, ਤੇ ਫਿਰ ਫਰਕ ਕਿਉਂ ਹੈ? ਦੱਸ ਸਕਦੇ ਹੋ ਮਿਸਟਰ ਮਨੀਸ਼? ਸਰ, ਤੁਸੀਂ ਮੈਨੂੰ ਆਪਣੇ ਤੇ ਮੇਰੇ ਵਿਚਾਲੇ ਫਰਕ ਨੂੰ ਦੱਸਣ ਲਈ ਇੱਥੇ ਬੁਲਾਇਆ? ਸਾਫ ਸ਼ਬਦਾਂ 'ਚ ਕਹਾਂ ਮਨੀਸ਼, ਤਾਂ ਮੈਂ ਇਹ ਕਹਿਣਾ ਚਾਹੁੰਦਾ ਜੇ ਅੱਜ ਤੇਰੇ ਕੋਲ ਮੇਰੇ ਜਿੰਨਾ ਪੈਸਾ ਹੁੰਦਾ ਤਾਂ ਸ਼ਾਇਦ ਤੂੰ ਵੀ ਮੇਰੇ ਵਾਂਗ ਉਨਾ ਹੀ ਕਾਮਯਾਬ ਹੁੰਦਾ। ਮੈਂ ਤੈਨੂੰ ਇੰਨਾ ਪੈਸਾ ਦੇ ਸਕਦਾ ਜਿੰਨਾ ਤੂੰ ਸ਼ਾਇਦ ਪੂਰੇ ਸਾਲ 'ਚ ਕਮਾਉਂਦਾ ਹੋਵੇ ਜੇ ਤੂੰ ਮੇਰੀ ਇੱਕ ਗੱਲ ਮੰਨੇ। ਹੁਣ ਉਹ ਗੱਲ ਵੀ ਦੱਸ ਦਿਓ। ਗ੍ਰੀਨਲੈਂਡ ਦੇ ਟੈਂਡਰ ਲਈ ਜਿਹੜੀ ਰਕਮ ਤੁਸੀਂ ਭਰੀ ਹੈ, ਮੈਨੂੰ ਉਹਦੀ ਜਾਣਕਾਰੀ ਚਾਹੀਦੀ ਹੈ। ਮਿਸਟਰ ਰਾਜ ਗੁਪਤਾ ਜੀ, ਤੁਸੀਂ ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਬਣਾਉਂਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉੱਚੀ ਇਮਾਰਤ ਬਣਾਉਣ ਲਈ ਸਭ ਤੋਂ ਜ਼ਰੂਰੀ ਕੀ ਹੁੰਦਾ ਹੈ? ਉਹਦੀ ਨੀਂਹ ਦਾ ਮਜ਼ਬੂਤ ਹੋਣਾ। ਤੁਸੀਂ ਬਸ ਸਮਝ ਲਓ, ਮੈਂ ਪਾਲੀ ਜੀ ਦੀ ਇਮਾਰਤ ਦੀ ਨੀਂਹ ਦੀ ਇੱਟ ਹਾਂ।